ਦਾ ਮੈਂ ਥੋੜੇ ਦਿਨ ਪਹਿਲਾਂ ਹੀ 90ਵੀਂ ਵਾਰ ਖੂਨਦਾਨ ਕੀਤਾ ਭਾਜੀ ਤੁਸੀਂ ਕਿੱਥੋਂ ਆਏ ਹੋ ਮੈਂ ਹਰਪ੍ਰੀਤ ਸਿੰਘ ਜੀ ਪਿੰਡ ਲਟੌਰ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ ਕੱਲ ਅਸੀਂ ਇਸ ਜਗ੍ਹਾ ਤੇ ਲੰਘ ਕੇ ਗਏ ਤੇ ਮੇਰੇ ਬਹੁਤ ਭਰਾ ਇੱਥੇ ਖੂਨ ਕਢਾ ਰਹੇ ਸਾਡੇ ਵਿੱਚ ਵੀ ਇਹ ਖੁਆਇਸ਼ ਸੀ ਵੀ ਅਸੀਂ ਵੀ ਇੱਥੇ ਖੂਨਦਾਨ ਕਰਕੇ ਜਾਈਏ ਜੀ ਇਸ ਕਰਕੇ ਅਸੀਂ ਦੁਬਾਰੇ ਆਏ ਸਾਨੂੰ ਘੱਟ ਤੋਂ ਘੱਟ ਸੀ 5-6 ਕਿਲੋਮੀਟਰ ਚੱਲ ਕੇ ਇੱਥੇ ਤੱਕ ਆਏ ਉਮਰ ਦੇ ਵਿੱਚ ਤੇ ਬਹੁਤ ਛੋਟਾ ਹੈ ਔਰ ਕੰਮ ਬੜਾ ਵੱਡਾ ਇੱਥੇ ਚੱਲ ਸਾਹਿਬ ਅਸੀਂ 4 ਮੈਂਬਰ ਹਾਂ ਜੀ 2 ਮੈਂਬਰ ਮੇਰੇ ਵਰਕ ਕਰਦੇ ਆ 2 ਸਾਲ ਲੈਂਦੇ ਆ ਕਿਉਂਕਿ ਬਹੁਤ ਲੰਬਾ ਟਾਈਮ ਹੋ ਜਾਂਦਾ ਸੋ ਬਾਕੀ ਸਾਡੀ ਬਲੱਡ ਬੈਂਕ ਦੀ ਟੀਮ ਹੈ 15 ਮੈਂਬਰ ਇਹ ਹੈ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਅਸੀਂ ਲਗਾਤਾਰ ਕਈ ਦਿਨਾਂ ਤੋਂ ਇਹ ਜਿਹੜਾ ਦਿੱਲੀ ਜਿਹੜਾ ਧਰਨਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੀ ਤੁਸੀਂ ਕਵਰੇਜ ਦੇਖ ਰਹੇ ਹੋ ਕਿ ਇਹਦੇ ਵਿੱਚ ਅਲੱਗ ਅਲੱਗ ਸੰਘਰਸ਼ ਦੇ ਵਿੱਚ ਰੰਗ ਦੇਖ ਰਹੇ ਤੁਸੀਂ ਕਿ ਕਿਵੇਂ ਲੰਗਰ ਲੱਗੇ ਹੋਏ ਨੇ ਕਿਵੇਂ ਦਵਾਈਆਂ ਦੇ ਲੰਗਰ ਲੱਗੇ ਨੇ ਜਿਮ ਦੇ ਲੰਗਰ ਲੱਗੇ ਨੇ ਔਰ ਇਹ ਤੁਹਾਨੂੰ ਪਤਾ ਵੀ ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੰਦੇ ਆ ਅਤੇ ਸਾਡੇ ਨਾਲ ਨੇ ਇਸ ਟਾਈਮ ਗੁਰਨਾਮ ਸਿੰਘ ਮਹਿਤਪੁਰ ਜੀ ਅਤੇ ਜਿਹੜਾ ਬਲੱਡ ਡੋਨਰਸ ਕਲੱਬ ਮਹਿਤਪੁਰ ਜ਼ਿਲ੍ਹਾ ਜਲੰਧਰ ਪੰਜਾਬ ਤੋਂ ਜੋ ਕਿ ਹਮੇਸ਼ਾ ਦੂਰ ਦੂਰ ਬਲੱਡ ਕੈਂਪ ਲਾਉਂਦੇ ਰਹਿੰਦੇ ਨੇ ਇਹਨਾਂ ਦੀ ਅਕਸਰ ਕਵਰੇਜ ਕਰਦੇ ਹਾਂ ਅਤੇ ਅੱਜ ਅਸੀਂ ਇੱਧਰੋਂ ਦੀ ਜਾ ਰਹੇ ਸੀ ਇੱਥੇ ਸਿੰਘੂ ਬਾਰਡਰ ਦੇ ਉੱਪਰ ਅਤੇ ਇੱਥੇ ਵੀ ਇਹਨਾਂ ਨੇ ਪਤਾ ਲੱਗਾ ਕਿ ਖੂਨਦਾਨ ਕੈਂਪ ਲਾਇਆ ਹੋਇਆ ਜਿਹੜੀ ਇੱਕ ਟਰਾਲੀ ਆ ਟਰਾਲੀ ਨੂੰ ਹੀ ਜਿਹੜਾ ਇੱਕ ਹੌਲ ਕਮਰੇ ਦਾ ਕੰਮ ਉਹ ਤੋਂ ਲੈ ਲਿਆ ਔਰ ਸਾਰਾ ਇਹਨਾਂ ਦਾ ਬੜੀ ਲਗਨ ਦੇ ਨਾਲ ਲੱਗੇ ਹੋਏ ਆ ਅਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਗੁਰਨਾਮ ਸਿੰਘ ਮਹਿਸੂਮਪੁਰ ਜੀ ਸਤਿ ਸ਼੍ਰੀ ਅਕਾਲ ਜਲ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਨੂਰ ਮਹਿਲ ਤੋਂ ਚੱਲ ਕੇ ਇੱਥੇ ਦਿੱਲੀ ਮੈਨੂੰ ਮਿਲਣ ਆਏ ਹੋ ਸੋ ਨਾਲ ਹੀ ਦੋਸਤੋ ਜਿਵੇਂ ਆਪਾਂ ਪਹਿਲਾਂ ਦੁਆਬੇ ਏਰੀਏ 'ਚ ਕੈਂਪ ਲਾਉਂਦੇ ਰਹੇ ਸਾਰੇ ਪੰਜਾਬ ਵਿੱਚ ਕੈਂਪ ਲਾਇਆ ਨੇਪਾਲ ਦੀ ਰਾਜਧਾਨੀ ਵਿੱਚ ਵੀ ਕੈਂਪ ਲਾ ਕੇ ਆਏ ਹਾਂ ਸੋ ਕਿਉਂਕਿ ਅੱਜ ਜਿਹੜਾ ਇੱਥੇ ਦਿੱਲੀ ਵਿੱਚ ਸੰਘਰਸ਼ ਚੱਲ ਰਿਹਾ ਉਹ ਸਾਡਾ ਆਪਣਾ ਦੁਆਬਾ ਸਾਰਾ ਇੱਥੇ ਹੀ ਪਹੁੰਚਿਆ ਹੋਇਆ ਇਸ ਕਰਕੇ ਮੈਂ ਵੀ ਆਪਣੀ ਟੀਮ ਲੈ ਕੇ ਇੱਥੇ ਪਹੁੰਚ ਗਿਆ ਔਰ ਪਰਸੋਂ ਦਾ ਅਸੀਂ ਬੜਾ ਆਲੀਸ਼ਾਨ ਕੈਂਪ ਲਾਇਆ ਹੋਇਆ ਬੜੇ ਹੀ ਦੋਸਤਾਂ ਮੇਰੇ ਹਰ ਰੋਜ਼ 60-70-100 ਜਿਹੜੇ ਦੋਸਤ ਮੇਰੇ ਬੀਬੀਆਂ ਭੈਣਾਂ ਖੂਨ ਦੇਣ ਆਉਂਦੀਆਂ ਸੋ ਬੜਾ ਸਾਨੂੰ ਸਹਿਯੋਗ ਮਿਲਦਾ ਔਰ ਤੁਸੀਂ ਦੇਖ ਰਹੇ ਹੋ ਅਸੀਂ ਕਿਸੇ ਨੂੰ ਬੇਨਤੀ ਨਹੀਂ ਕਰਦੇ ਵੀ ਬਲੱਡ ਡੋਨੇਟ ਕਰੋ ਆਪੇ ਲੋਕ ਚੱਲ ਕੇ ਆਉਂਦੇ ਭਾਈ ਅਸੀਂ ਖੂਨਦਾਨ ਕਰਨਾ ਸੋ ਨਾਲ ਹੀ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਬਣ ਸ਼ੈਂਪੂ ਬੁਰਚ ਪੇਸਟ ਤੇਲ ਵਗੈਰਾ ਦਾ ਲੰਗਰ ਲਾਇਆ ਹੋਇਆ ਸੋ ਮੈਂ ਅਨਮੋਲ ਚਾਲ ਜੀ ਦਾ ਫਿਰ ਦੁਬਾਰਾ ਧੰਨਵਾਦ ਕਰਦਾ ਔਰ ਇਹ ਵੀ ਇਹਨਾਂ ਨੂੰ ਆਸ਼ਵਾਸਨ ਦਿਵਾਉਣਾ ਯਕੀਨ ਦਿਵਾਉਣਾ ਕਿ ਤੁਰਦੇ ਨੇ ਜੋ ਕੰਡਿਆਂ 'ਤੇ ਫੁੱਲਾਂ ਦਾ ਖਾਬ ਲੈ ਕੇ ਮੁੜਦੇ ਨੇ ਉਹ ਦੋਸਤੋ ਸੂਹੇ ਗੁਲਾਬ ਲੈ ਕੇ ਆਪਣਾ ਇਹ ਕਾਫਲਾ ਇਸੇ ਤਰ੍ਹਾਂ ਚੱਲਦਾ ਰਹੂਗਾ ਤਾਂ ਜੋ ਜਦੋਂ ਆਪਾਂ ਇਸ ਧਰਤੀ ਉੱਤੇ ਨਾ ਰਵਾਂਗੇ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਬੱਚੇ ਜ਼ਰੂਰ ਕਿਹਾ ਕਰਨਗੇ ਸਾਡੇ ਪੁਰਖੇ ਜਿਨ੍ਹਾਂ ਨੇ ਕਿੰਚਥਾਨੀ ਦਾ ਸੰਘਰਸ਼ ਲੜਿਆ ਕਾਮਯਾਬ ਸੰਘਰਸ਼ ਲੜਿਆ ਉਹਨਾਂ ਦੇ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਖੂਨਦਾਨ ਵੀ ਕੀਤਾ ਜਾਨਾਂ ਹੀ ਬਚਾਈਆਂ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਕੋਈ ਦਿੱਕਤਾਂ ਦਾ ਕੋਈ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਜੀ ਚਹਿਲ ਸਾਹਿਬ ਦੇਖੋ ਆਪਾਂ ਬੇਸਿਕਲੀ ਮੈਂ ਕਿਸਾਨ ਹਾਂ ਸੋ ਕਿਸਾਨੀ ਦਿੱਕਤਾਂ ਦਾ ਹੜ ਹੈ ਦੂਜਾ ਜਿਹੜੀ ਸਰਕਾਰ ਨੇ ਸਾਨੂੰ ਵੱਡੀ ਮੁਸ਼ਕਲ ਪਾ ਦਿੱਤੀ ਹੈ ਇਹ ਤੋਂ ਵੱਡੀ ਕੋਈ ਮੁਸ਼ਕਲ ਨਹੀਂ ਇੱਥੇ ਸਾਨੂੰ ਬਹੁਤ ਸਹਿਯੋਗ ਮਿਲਿਆ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਨਾਲ ਹੀ ਪੱਲੀ ਬੰਨੀ ਹੋਈ ਅਸੀਂ ਟੈਂਟ ਬੰਨਿਆ ਆਪਣਾ ਸੋ ਇਹਨਾਂ ਹੀ ਦੋਸਤਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਨੂੰ ਦਿੱਤੀਆਂ ਅਤੇ ਟੈਂਟ ਨਹੀਂ ਮਿਲ ਰਿਹਾ ਕਾਰਨ ਬਹੁਤ ਸਾਰਾ ਫੰਕਸ਼ਨ ਆ ਟੈਂਟ ਮੁੱਕ ਹੀ ਗਿਆ ਸੋ ਅਸੀਂ ਇੱਥੋਂ ਇੱਕ ਜਗਾੜ ਜਿਹਾ ਬਣਾ ਕੇ ਕੈਂਪ ਲਾ ਲਿਆ ਕੋਈ ਮੁਸ਼ਕਲ ਨਹੀਂ ਸਾਨੂੰ ਕੋਈ ਇਸ਼ਨਾਨ ਪਾਣੀ ਦੀ ਮੁਸ਼ਕਲ ਨਹੀਂ ਸਾਰਾ ਕੁਝ ਠੀਕ ਹੈ ਕੋਈ ਤਾਂ ਠੰਡ ਨਹੀਂ ਮਹਿਸੂਸ ਕਰਦੇ ਠੀਕ ਆ ਜੀ ਜਿਵੇਂ ਕਹਿੰਦੇ ਕਿ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ ਅਤੇ ਬੇਸ਼ੱਕ ਟੈਂਟ ਨਹੀਂ ਮਿਲਿਆ ਕਿਉਂਕਿ ਸੰਗਤ ਬਹੁਤ ਆ ਗਈ ਆ ਪੰਜਾਬ ਹਰਿਆਣਾ ਹੋਰ ਸਟੇਟਾਂ ਤੋਂ ਵੀ ਆ 3-4 ਦਿਨ ਤੋਂ ਅਸੀਂ ਇੱਥੇ ਆ ਦਿਨੋਂ ਦਿਨ ਦੇਖ ਰਹੇ ਕਿ ਸੰਗਤ ਦਾ ਰੱਛ ਬਹੁਤ ਵੱਧਦਾ ਜਾ ਰਿਹਾ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਬਾਰਡਰ ਤੇ ਜਿੱਥੇ ਸੰਘਰਸ਼ ਚੱਲ ਰਿਹਾ ਮੋਰਚਾ ਇਹ ਜਿਹੜਾ ਮੋਰਚਾ ਆ ਜਿਹੜਾ ਕਿਸਾਨ ਅੰਦੋਲਨ ਆ ਇਹ ਅੱਜ ਦੀ ਤਰੀਕ 'ਚ ਜਨ ਅੰਦੋਲਨ ਬਣ ਚੁੱਕਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਤਿਹਾਸ ਦੇ ਵਿੱਚ ਇਸ ਮੋਰਚੇ ਦੀਆਂ ਗੱਲਾਂ ਚੱਲਿਆ ਕਰਨਗੀਆਂ ਔਰ ਅਸੀਂ ਇਹ ਵੀ ਤੁਸੀਂ ਯਾਦ ਰੱਖਿਓ ਕਿ ਇਹ ਜਿਹੜਾ ਕੈਂਪ ਆ ਇਹ ਵੀ ਇੱਕ ਬਹੁਤ ਇਤਿਹਾਸਿਕ ਕੈਂਪ ਗਿਣਿਆ ਜਾਵੇਗਾ ਖੁਦ ਵੀ ਆਪ ਜਦੋਂ ਖੂਨਦਾਨ ਕਰਨ ਦਿਆ ਮੈਨੂੰ ਇਹਨਾਂ ਤੋਂ ਇਹ ਪ੍ਰੇਰਨਾ ਮਿਲੀ ਸੀ ਅਸੀਂ ਬਹੁਤ ਇਹਨਾਂ ਦਾ ਸਤਿਕਾਰ ਕਰਦੇ ਹਾਂ ਜ਼ਰੂਰ ਦੱਸੋ ਕਿ ਤੁਸੀਂ ਕਿੰਨੀ ਵਾਰ ਖੂਨਦਾਨ ਕਰ ਚੁੱਕੇ ਹੋ ਆਪ ਚਾਹ ਸਾਹਿਬ ਮੈਂ ਥੋੜ੍ਹੇ ਦਿਨ ਪਹਿਲਾਂ ਹੀ 90ਵੀਂ ਵਾਰ ਖੂਨਦਾਨ ਕੀਤਾ ਇਸ ਵਾਰੀ ਗਰਮੀਆਂ ਵਿੱਚ ਮੇਰੇ ਪੱਥਰੀ ਦੀ ਪ੍ਰੋਬਲਮ ਹੋ ਗਈ ਸੀ ਬੜੀ ਤਕਲੀਫ ਰਹੀ ਹੈ ਸੋ ਇੱਕ ਵਾਰ ਮੈਨੂੰ ਮਿਸ ਹੋ ਗਈ ਵਿੱਚੋਂ ਔਰ ਮੈਨੂੰ ਜਿੰਨੀ ਤਕਲੀਫ ਸੀ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੈਂ ਦੁਬਾਰਾ ਖੂਨਦਾਨ ਨਾ ਕਰ ਸਕਾਂ ਅਤੇ ਲੇਕਿਨ ਮੈਂ ਫਿਰ ਚੰਗਾ ਭਲਾ ਤੁਹਾਡੇ ਸਾਹਮਣੇ ਬੈਠਾ ਮੈਂ ਕੁਦਰਤ ਦਾ ਬਾਬੇ ਦਾ ਧੰਨਵਾਦ ਕਰਦਾ ਕਿ ਜਿਹਨੇ ਮੈਨੂੰ ਸ਼ਕਤੀ ਦਿੱਤੀ ਹੈ ਮੈਂ ਇੰਨੀ ਤਕਲੀਫ 'ਚ ਉੱਭਰ ਕੇ ਫਿਰ ਖੁਦ ਖੂਨਦਾਨ ਕੀਤਾ ਔਰ ਮੈਂ ਖੂਨਦਾਨ ਕੈਂਪ ਫਿਰ ਲਾ ਲਿਆ ਤੁਸੀਂ ਔਰਗੇਨਾਈਜ਼ ਕੀਤਾ ਕੈਂਪ ਤੁਸੀਂ ਕਿੰਨੇ ਮੈਂਬਰ ਹੋ ਅਤੇ ਇੱਕ ਚੀਜ਼ ਨਾਲ ਦੀ ਨਾਲ ਵੀ ਜਿਹੜਾ 3 ਕਾਲੇ ਬਿੱਲ ਖੇਤੀ ਕਾਨੂੰਨ ਆਏ ਹੋਏ ਆ ਅਤੇ ਉਹਦੇ ਬਾਰੇ ਵੀ ਤੁਸੀਂ 2 ਸ਼ਬਦ ਦਰਸ਼ਕਾਂ ਦੇ ਨਾਲ ਸਾਂਝੇ ਕਰਿਓ ਇੱਥੇ ਚੱਲ ਸਾਹਿਬ ਅਸੀਂ 4 ਮੈਂਬਰ ਹਾਂ ਜੀ 2 ਮੈਂਬਰ ਮੇਰੇ ਵਰਕ ਕਰਦੇ ਆ 2 ਸਾਲ ਲੈਂਦੇ ਆ ਕਿਉਂਕਿ ਬਹੁਤ ਲੰਬਾ ਟਾਈਮ ਹੋ ਜਾਂਦਾ ਸੋ ਬਾਕੀ ਸਾਡੀ ਬਲੱਡ ਬੈਂਕ ਦੀ ਟੀਮ ਹੈ 15 ਮੈਂਬਰ ਇਹ ਹੈ ਬੜਾ ਆਲੀਸ਼ਾਨ ਸਾਡਾ ਤਾਲਮੇਲ ਹੈ ਬਹੁਤ ਸੋਹਣੇ ਢੰਗ ਨਾਲ ਅਸੀਂ ਕੰਮ ਕਰ ਰਹੇ ਹਾਂ ਸੋ ਜਿਹੜੇ ਖੇਤੀ ਬਿੱਲਾਂ ਦੀ ਗੱਲ ਹੈ
जिहड़ी केंद्र सरकार आ उह सरकार सरकार मतलब किसानां नूं हुण बंदे नहीं गिणदी। असीं बड़ा संघर्ष करके टिब्बे पदरे कीते आ क्योंकि मैं खुद किसान हाँ, मेरा बापू खेती करता, उहदा बापू खेती करता सी, उहदा बापू खेती करता सी। सो असीं टिब्बे पदरे कीते आ, टोए विच मिट्टी पा के उहनां नूं पदरा कीता, बड़ा संघर्ष करके कंढियां उपर लंघ के पैलियां पदरियां कीतियां, मोटरां लवाईयां, ते अज्ज जदों माड़ी मोटी आमदन होण लगी है फिर सरकारां ने सानूं वो मौत दे मूँह वल धक्क दिता। इस करके असीं सरकार नूं अपील करदे हां कि भाई ये खेती वाल जिनी जल्दी तो जल्दी हो सकता, लोग बड़े परेशान है, तुम देख रहे हो लखा की गिणती दे 18 किलोमीटर की लाइन है और अपना कोई पिंड नहीं बचा जिन्हें मैं तिना दिन मैं मिलया नहीं। कोटबालखां, बिलगा, नूर महल, फतेहपुर, तलबण, महतपुर और मैं भुल जाना, इन्हें दोस्त मैं मिल के जाते और नाल ही क्योंकि मैं नौकरी की हुई खंड मिल जगराओं के मालवे तो बहुत सारे साथी मिलने आते हैं, माझे तो बहुत साथी मिलने आते हैं, बेशक मिनट ही हाथ मिला जय हिंद करन फिर भी आते हैं। सो मैं सारे दोस्तों का धन्यवाद करता जिन्होंने सानू बड़ा सहयोग दिता। असी भी अपने चैनल की टीम वालों थोड़ा बहुत बहुत गुनाम सिंह जी बहुत बहुत धन्यवाद करते हैं कि तुसी अपने इन्ने कीमती रजाइमे दे विचों भी साडे टीम दे वास्ते चैनल दे लिए तुसी अपना टाइम कढ़िया और असी भी दुआ करते हैं कि जल्द तो जल्द जिहड़े जिहड़े संघर्ष ले जिहड़े इत्थे किसान वीर भैण भरा के बैठे आ उन्हां दी जिहड़ी आ हक्की मंगां जिहड़ियां वी मन्नियां जाण और तुहाडी जिहड़े जिहड़े तुसी इन्ने अपने परिवारों तो दूर एड्डी दूर आ के एक इतिहासक जिहड़ा खूनदान कैंप ला रहे हो, वाहिगुरू तुहानूं बहुत ज़्यादा खुशियां तंदुरुस्तियां तरक्कियां बख्शन ते बहुत बहुत सर धन्नवाद। भाई जी ने ते इह भी हुणे हुणे खूनदान करके हटे ने, आपां करदे इहनां नाल गल। कित्थों आए हो? मैं हरप्रीत सिंह जी, पिंड लटौर जी, ज़िला फतेहगढ़ साहिब जी। कल असीं इस जगह ते लंघ के गए थे, मेरे बहुत भरा इत्थे खून कढ़ा रहे, साडे विच भी इह ख्वाहिश जी वी असीं भी इत्थे खूनदान करके जाइए जी। इस करके असीं दुबारे आए, सानूं घट तो घट असीं 5-6 किलोमीटर चल के इत्थे तक आए हाँ भी असीं खूनदान करिए, किसी ना किसी दे लोड़मंद दे खून दिता जाए किसी नूं। ਵੱਡੀ ਸੋਚ ਹੈ ਵੀਰ ਦੀ ਕਿ ਆਪ ਚੱਲ ਕੇ ਆਇਆ 5-6 ਕਿਲੋਮੀਟਰ ਲੱਭ ਕੇ ਆਏ ਕਿ ਕਿੱਥੇ ਖੂਨਦਾਨ ਕਰਦੇ ਆ। ਕੱਲ੍ਹ ਦੇਖ ਕੇ ਗਏ ਸੀ ਅਤੇ ਆ ਕੇ ਇਹਨਾਂ ਨੇ ਫਿਰ ਖੂਨਦਾਨ ਕੀਤਾ। ਇੱਕ ਹੋਰ ਵੀਰ ਨੇ ਅਤੇ ਇਹ ਵੀ ਹੁਣੇ ਆ ਖੂਨਦਾਨ ਕਰਕੇ ਹਟੇ ਨੇ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਕੀ ਨਾਮ ਅਤੇ ਕਿੱਥੋਂ ਆਇਓ? ਰਣਜੋਤ ਸਿੰਘ ਹੈ ਜੀ ਨਾਮ, ਮੈਂ ਪਿੰਡ ਕਪੂਰੀ ਜ਼ਿਲ੍ਹਾ ਪਟਿਆਲਾ ਤੋਂ ਆਇਆ ਜੀ। ਅਤੇ ਪਹਿਲਾਂ ਵੀ ਖੂਨਦਾਨ ਕੀਤਾ ਭਾਜੀ? ਨਹੀਂ ਜੀ, ਪਹਿਲਾਂ ਨਹੀਂ ਕੀਤਾ ਜੀ, ਮੈਂ ਪਹਿਲੀ ਵਾਰੀ ਕਰ ਰਿਹਾ ਜੀ। ਇੱਥੇ ਸਾਡੇ ਨੇੜੇ ਟਰਾਲੀ ਆ, ਅਸੀਂ ਦੇਖਿਆ ਵੀ ਇੱਥੇ ਖੂਨਦਾਨ ਹੋ ਰਿਹਾ, ਸਾਡਾ ਵੀ ਆਪਣੇ ਆਪ ਦਿਲ ਕੀਤਾ ਵੀ ਹਾਂ ਅਸੀਂ ਵੀ ਖੂਨ ਕਰੀਏ ਦਾਨ। ਭਾਈ ਜੀ ਵੀ ਇੱਥੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰ ਰਹੇ ਨੇ, ਆਪਾਂ ਇਹਨਾਂ ਨੂੰ ਪੁੱਛਦੇ ਹਾਂ ਅਤੇ ਕਿੱਥੋਂ ਆਏ ਨੇ ਬਾਈ ਜੀ? ਹੁਣੀ ਭਾਈ ਜੀ ਕਿੱਥੋਂ ਆਇਓ? ਕਪੂਰੀ ਤੋਂ ਜੀ, ਵਿਲੇਜ ਕਪੂਰੀ, ਡਿਸਟ ਪਟਿਆਲਾ ਜੀ। ਅਤੇ ਪਹਿਲਾਂ ਵੀ ਅੱਗੇ ਖੂਨਦਾਨ ਕੀਤਾ ਜੀ? ਨਹੀਂ ਜੀ, ਪਹਿਲੀ ਵਾਰ ਕਰਿਆ। ਉਮਰ ਦੇ ਵਿੱਚ ਤਾਂ ਬਹੁਤ ਛੋਟਾ ਹੈ ਔਰ ਕੰਮ ਬੜਾ ਵੱਡਾ ਵੱਡਾ, ਇਸ ਲਈ ਹੈ ਕਿ ਇੰਨੀ ਦੂਰੋਂ ਆ ਕੇ ਇੰਨੀ ਠੰਡ ਦੇ ਵਿੱਚ ਅਤੇ ਔਰ ਖੂਨਦਾਨ ਦੇ ਕੈਂਪ ਦੇ ਵਿੱਚ ਜਿੱਥੇ ਕਿਸਾਨੀ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਉਹਦੇ ਨਾਲ ਨਾਲ ਇੱਕ ਵੱਡਾ ਯੋਗਦਾਨ ਇਹ ਛੋਟਾ ਬੱਚਾ ਪਾ ਰਿਹਾ ਕਿ ਖੂਨਦਾਨ ਕੈਂਪ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਵੱਡਾ ਇਹਨਾਂ ਦਾ ਯੋਗਦਾਨ। ਆਪਾਂ ਪੁੱਛਦੇ ਬੱਚੇ ਦਾ ਨਾਮ ਹੈ ਜੀ? ਮੇਰਾ ਨਾਮ ਹਰਪ੍ਰੀਤ ਸਿੰਘ। ਅਤੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਠੀਕ ਹੈ। ਅਤੇ ਇੱਥੇ ਕਿੰਨੇ ਦਿਨਾਂ ਤੋਂ ਆਏ ਹੋ? ਅਸੀਂ 3 ਦਿਨਾਂ ਤੋਂ। 3 ਦਿਨਾਂ ਤੋਂ? ਅਤੇ ਕੋਈ ਐ ਕੋਈ ਲੱਗਦਾ ਨਹੀਂ ਕਿ ਘਰ ਤੋਂ ਦੂਰ ਇੱਥੇ ਵੀ ਵਾਪਸ ਚੱਲ ਜਾਈਏ ਜਾਂ ਇੱਦਾਂ ਦਾ ਕੁਛ? ਨਹੀਂ ਬਾਈ। ਠੀਕ ਆ। ਅਤੇ ਇੱਥੇ ਤੁਸੀਂ ਕੀ ਕੀ ਸੇਵਾ ਕਰ ਰਹੇ ਹੋ? ਜੋ ਕਹਿੰਦੇ ਨੇ ਉਹ ਸੇਵਾ ਕਰਦੇ ਨੇ, ਨਾਲ ਜਿਹੜੇ ਜਿੱਥੇ ਯੂਥ ਆ, ਬਜ਼ੁਰਗ ਨੇ ਔਰ ਆ ਛੋਟੇ ਜਿਹੜੇ ਆਉਣ ਵਾਲੇ ਕੱਲ੍ਹ ਦਾ ਭਵਿੱਖ ਆ ਉਹ ਵੀ ਇਹ ਯੋਗਦਾਨ ਪਾ ਰਹੇ ਨੇ ਔਰ ਇਹਨਾਂ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਤਿਹਾਸ ਦੇ ਵਿੱਚ ਇੱਕ ਨਾਮ ਲਿਖਿਆ ਜਾਊਗਾ। ਸੋ ਬਹੁਤ ਬਹੁਤ ਧੰਨਵਾਦ।